ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਇਹਨੂੰ ਭੈਣ ਦੀ? ਇਹ ਵੀ ਹੋ ਗਏ 12 13 ਸਾਲ। 12 13 ਸਾਲਾਂ ਤੋਂ ਮੈਂਟਲ ਨਹੀਂ ਸੀ। ਸੰਗਲ ਕਿੰਨੇ ਟਾਈਮ ਲੱਗਿਆ ਰਿਹਾ? ਇਹ ਵਿੱਚ 6 ਮਹੀਨੇ ਠੀਕ ਹੋ ਜਾਂਦੀ ਸੀ। 6 ਮਹੀਨੇ ਫਿਰ ਬਿਮਾਰੀ ਦਾ ਮੋਟ ਨਹੀਂ ਮਰਦਾ, ਫਿਰ ਮੈਂ ਬਿਮਾਰ ਹੋ ਆ। ਗੁੱਟ ਤੇ ਹਜੇ ਵੀ ਨਿਸ਼ਾਨ ਪਏ ਆ ਭੈਣ ਦੇ। ਇਹ ਖਿੱਚਦੀ ਸੀਗੀ, ਜ਼ਖਮ ਹੋ ਜਾਂਦੇ ਸੀ, ਗੁੱਟ ਛਿੱਲੇ ਜਾਂਦੇ ਸੀ, ਤਾਂ ਇਹਨੂੰ ਰਸੇ ਨਾਲ ਬੰਨਣਾ ਪੈਂਦਾ ਸੀ। ਬਾਬੂ ਕਿੰਨਾ ਬਾਬੂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਕੁੜੀਏ, ਤੂੰ ਤਾਂ ਲੱਕਣੀਆਂ ਗੱਲਾਂ ਕਰਦੀ ਹੁਣ ਤਾਂ। ਕਿਵੇਂ, ਠੀਕ ਆ? ਹਾਂਜੀ ਠੀਕ ਆ ਜੀ। ਹੋਰ ਭੈਣ ਮੈਂ ਅਰਦਾਸ ਕਰਨੀ ਵੀ ਸਿੱਖ ਲਈ। ਅਰਦਾਸ ਕਰਨੀ ਆਉਂਦੀ ਆ? ਹਾਂਜੀ। ਚਲੋ ਬਹੁਤ ਵਧੀਆ, ਪਾਠ ਵੀ ਕਰ ਲੈਣੀ ਆ ਹੁਣ ਤੂੰ, ਅਰਦਾਸ ਵੀ ਕਰ ਲੈਣੀ ਆ। ਹਾਂਜੀ, ਅੱਜ ਅਸੀਂ 10ਵੀਂ ਵਾਲੇ ਬਾਬਾ ਜੀ ਤੋਂ ਹੋ ਕੇ ਆਏ ਹਾਂ ਜੀ। ਵਾਹਿਗੁਰੂ ਵਾਹਿਗੁਰੂ। ਚਲੋ ਮੇਰੀ ਭੈਣ ਨੂੰ ਇਦਾਂ ਹੀ ਫਰਕ ਪੈ ਜਾਵੇ, ਠੀਕ ਹੋ ਜਾਵੇ। ਸੈਟ ਹੱਕ ਦਾ ਅਰਦਾਸ ਕਰ ਦੇ ਸੀ ਛੋਟੀ ਜੀ। ਛੋਟੀ ਜੀ ਤਾਂ ਫਿਰ ਪਾਪ ਲੱਗੂਗਾ, ਵੱਡੀ ਤਾਂ ਵੱਡੀ ਹੋਈ ਕਰਨੀ ਆ। ਦੇਖੋ ਲੋਕ ਇਹਨਾਂ ਨੂੰ ਕਮਲਾ ਕਹਿੰਦੇ ਜਾਂ ਮੈਂਟਲੀ ਅਪਸੈਟ ਕਹਿੰਦੇ ਆ। ਇਹ ਭੈਣ ਪਿਛਲੀ ਵਾਰੀ ਇੱਥੇ ਨੇ ਪਹਿਲੀ ਪੌੜੀ ਦਾ ਪਾਠ ਕਰਕੇ ਅਸੀਂ ਕਿਹਾ ਸੀ ਕਰਕੇ ਦਿਖਾਓ, ਤੇ ਇਹਨੇ ਜਪਜੀ ਸਾਹਿਬ ਦੀਆਂ ਪੌੜੀਆਂ ਪੜੀਆਂ, ਤੇ ਇਸ ਵਾਰ ਭੈਣ ਕਿੰਨੇ ਮੈਂ ਅਰਦਾਸ ਵੀ ਸਿੱਖਿਆ। ਦੇਖੋ ਮੂੰਹ ਜਵਾਨੀ ਅਰਦਾਸ, ਚੰਗੇ ਚੰਗੇ ਗ੍ਰੰਥੀ ਸਿੰਘ ਆ ਜਿਹੜੇ, ਉਹਨਾਂ ਨੂੰ ਸਮਾਂ ਲੱਗਦਾ ਸਿੱਖਣ ਲਈ। ਇਹ ਭੈਣ ਪਿਛਲੀ ਵਾਰੀ ਆ 15 ਮਹੀਨੇ ਬਾਅਦ ਆਇਆ ਤੁਸੀਂ? ਮਹੀਨੇ ਬਾਅਦ ਆਇਆ? ਹਾਂਜੀ ਮਹੀਨੇ ਬਾਅਦ ਆਇਆ, ਤੇ ਇੱਕ ਮਹੀਨੇ ਦੇ ਵਿੱਚ ਭੈਣ ਨੇ ਦੇਖਿਆ ਅਰਦਾਸ ਕੀਤੀ ਆ। ਕੀ ਨਾਂ ਦੱਸਿਆ ਤੁਸੀਂ ਆਪਣਾ? ਰਣਜੀਤ ਕੌਰ। ਉਦਾਂ ਲਾਡੋ ਵੀ ਆ ਛੋਟਾ, ਲਾਡੋ ਭੈਣ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਭੈਣ ਰਣਜੀਤ ਕੌਰ, ਤੁਸੀਂ ਦੇਖਿਆ ਅਰਦਾਸ ਕਰਦਿਆਂ ਨੂੰ, ਤੁਸੀਂ ਦੇਖਿਆ ਭੈਣ ਨੂੰ ਗੱਲਾਂ ਕਰਦਿਆਂ ਨੂੰ ਕਿੰਨੀਆਂ ਸੋਹਣੀਆਂ ਗੱਲਾਂ ਕਰਦੀ ਆ। ਆਪਣੇ ਆਲੂ ਚੁੱਕ ਕੇ ਭੈਣ ਕਮਾਈ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੀ ਸੀ, ਸਾਰਾ ਕੁਝ ਸਹੀ ਸੀ, ਮੰਜੇ ਵੀ ਬੁਣ ਲੈਂਦੀ ਆ, ਕੱਪੜੇ ਵੀ ਸੀ ਲੈਂਦੀ। ਪਰ ਜਦੋਂ ਮੈਂਟਲੀ ਅਪਸੈਟ ਹੋ ਗਈ, ਦੋ ਬੱਚੇ ਆ ਟਵਿਨਸ, ਜੋੜੇ ਬੱਚੇ ਆ ਦੋ, ਤੇ ਭੈਣ ਮੈਂਟਲੀ ਅਪਸੈਟ ਹੋ ਗਈ, ਸਹੁਰਿਆਂ ਨੇ ਵੀ ਨਕਾਰਤੀ। ਘਰੇ ਆਈ ਬਾਪੂ ਕੋਲੇ, ਇਹਨਾਂ ਨੇ ਦਵਾਈਆਂ ਦਾਰੂਆਂ ਦਵਾਉਣੀਆਂ ਸ਼ੁਰੂ ਕੀਤੀਆਂ, ਤਾਂ ਕਿਤੋਂ ਫਰਕ ਨਹੀਂ ਪਿਆ। ਅਖੀਰ ਨੂੰ ਇਹਨੂੰ ਭੈਣ ਨੂੰ ਰੱਸੇ ਨਾਲ ਬੰਨਣਾ ਪੈਂਦਾ ਸੀ। ਆ ਗੁੱਟ ਤੇ ਹਜੇ ਵੀ ਨਿਸ਼ਾਨ ਪਏ ਆ ਭੈਣ ਦੇ। ਇਹ ਖਿੱਚਦੀ ਸੀਗੀ, ਜ਼ਖਮ ਹੋ ਜਾਂਦੇ ਸੀ, ਗੁੱਟ ਛਿੱਲੇ ਜਾਂਦੇ ਸੀ, ਤਾਂ ਇਹਨੂੰ ਰੱਸੇ ਨਾਲ ਬੰਨਣਾ ਪੈਂਦਾ ਸੀ। ਬਾਪੂ ਕਿੰਨਾ ਕੁ ਟਾਈਮ ਬੰਨਣਾ, ਕਿੰਨਾ ਕੁ ਟਾਈਮ ਪਿਆ, ਕਿੰਨਾ ਕੁ ਟਾਈਮ ਇਹਨੂੰ ਇੱਦਾਂ ਨਹੀਂ, ਮਤਲਬ ਕਿੰਨੇ ਕੁ ਮਹੀਨੇ ਜਾਂ ਸਾਲ ਕਿੰਨਾ ਟਾਈਮ ਰਹੀ ਇੱਦਾਂ? ਰੋਣਾ ਨਹੀਂ ਪੈਣਾ, 3 ਮਹੀਨੇ ਬੰਨੀ ਰੱਖੀ। ਹੁਣ ਜਦੋਂ ਬਾਪੂ ਇੱਥੋਂ ਦਵਾਈ ਲੈ ਕੇ ਗਏ ਤੁਸੀਂ, ਕੀ ਫਰਕ ਪਿਆ? ਤੀਜੇ ਦਿਨ ਫਰਕ ਪੈ ਗਿਆ, ਹੁਣ ਠੀਕ ਆ, ਹੁਣ ਕੋਈ ਬੰਨਣ ਦੀ ਲੋੜ ਨਹੀਂ। ਘਰ ਦੀ ਭਾਬੀ ਨੇ ਅੱਡ ਕਰ ਦਿੱਤਾ, ਕਹਿੰਦੀ ਹਰ ਸਾਲ ਆਉਂਦੀ ਆ ਤੇ ਪੈਸੇ ਲਵਾ ਜਾਂਦੀ ਆ, ਰੋਈ ਜਾਣੀ ਕਹਿੰਦੀ ਜੀ ਹਰ ਸਾਲ ਆਉਂਦੀ ਆ ਪੈਸੇ ਲਵਾ ਜਾਂਦੀ ਆ। ਫਿਰ ਅਸੀਂ ਬਾਪੂ ਤੇ ਅਸੀਂ ਦੋ, ਹੁਣ ਤੇਰਾ ਖਰਚਾ ਆਉਂਦਾ ਕੋਈ ਨਹੀਂ ਜੀ? ਫਿਰ ਅਸੀਂ ਕੋਈ ਗੱਲ ਨਹੀਂ, ਮੇਰੀ ਭੈਣ ਉਹ ਸਮਾਂ ਸੀਗਾ ਨਿਕਲ ਗਿਆ ਉਹ। ਹੁਣ ਅਸੀਂ ਬਾਪੂ ਤੇ ਦੋਵੇਂ ਇੱਕ ਦੂਜੀ ਦੀ ਰੋਟੀ ਪੀਣੇ ਪਕਾ ਦਿੰਨੀ ਆ। ਬਾਪੂ ਦਾ ਐਕਸੀਡੈਂਟ ਅੱਗੇ ਹੋਇਆ ਸੀ, ਉਹਨਾਂ ਨੇ ਮੁੱਠੀਆਂ ਵੀ ਪੰਦੀਆਂ ਮੈਂ। ਬਸ ਇਹਦੀ ਸੇਵਾ ਕਰਿਆ ਕਰ ਪਿਓ ਦੀ, ਠੀਕ ਆ? ਇਹਨੇ ਪੁੱਤ ਤੈਨੂੰ ਠੀਕ ਕੀਤਾ ਮੇਰੀ ਭੈਣ ਰਣਜੀਤ ਕੋਰੇ, ਤੇ ਇਸ ਬਜ਼ੁਰਗ ਦਾ ਤੁਹਾਡੇ, ਇਹਦੇ ਮੰਮੀ ਕਿੱਥੇ ਆ? ਡੈਥ ਹੋਈ, ਤੁਸੀਂ ਦੋਨੋਂ ਮਾਂ ਪੁੱਤ ਹੁਣ ਆਪਿਓ ਪੁੱਤ ਰਹੇ, ਮਾਂ ਪਿਓ ਧੀ ਰਹਿੰਦੇ ਹੋ ਇਕੱਠੇ ਨਾ? ਤੇ ਦੇਖੋ ਛੋਟੀ ਜਿਹੀ ਕੋਸ਼ਿਸ਼, ਛੋਟਾ ਜਿਹਾ ਉਪਰਾਲਾ, ਤੁਹਾਡੀਆਂ ਦੁਆਵਾਂ। ਰਣਜੀਤ ਕੌਰ ਭੈਣ ਅੱਜ ਆਪਣੀ ਲਾਈਫ ਦੇ ਉਸ ਟਰੈਕ 'ਤੇ ਆ ਜਿੱਥੇ ਹਰ ਬੰਦਾ ਆਪਣੀ ਜ਼ਿੰਦਗੀ ਖੁਸ਼ੀਆਂ 'ਚ ਜਿਉਂਦਾ। ਆਉਣ ਵਾਲੇ ਸਮੇਂ 'ਚ ਵੀ ਅਰਦਾਸ ਕਰਿਓ, ਰਣਜੀਤ ਭੈਣ ਨੂੰ ਇਹਦੇ ਸਹੁਰੇ ਅਸੈਪਟ ਕਰ ਲੈਣ, ਅਤੇ ਆਪਣੇ ਬੱਚਿਆਂ ਕੋਲ ਜਾਵੇ, ਕਿਉਂਕਿ ਹਜੇ ਉਹ ਡਰਦੇ ਆ, ਇਹ ਮੈਂਟਲੀ ਠੀਕ ਨਹੀਂ ਸੀ ਭੈਣ, ਬੰਨਣਾ ਤੱਕ ਪੈਂਦਾ ਸੀ ਤੁਸੀਂ ਜਿਵੇਂ ਸੁਣਿਆ ਹੈ ਨਾ। ਬਾਪੂ ਜੀ ਦੱਸਦੇ ਵੀ ਇਕੱਲੀ ਉਹ ਗਾਲਾਂ ਕੱਢਦੀ ਸੀ, ਭੰਨ ਤੋੜ ਕਰਦੀ ਸੀ, ਕੁੱਟਮਾਰ ਕਰਦੀ ਸੀ। ਤੇ ਮੈਂ ਕਿਹਾ ਵੀ ਬਾਪੂ ਨੂੰ ਦਰਵਾਜ਼ਾ ਲਾ ਦਿੰਦੇ, ਮਿਹਨਤ ਮਜ਼ਦੂਰੀ ਕਰਦੇ ਆ ਦੂਸਰੇ, ਕਿ ਵੀ ਸਬਜ਼ੀ ਸੁਬਜ਼ੀ ਡੈਡੀ ਵੇਚਦੇ। ਅਸੀਂ ਸ਼ੁਰੂ ਤੋਂ ਲੈ ਕੇ ਹੱਕ ਸੱਚ ਦੀ ਕਮਾਈ ਖਾਧੀ ਹੈ, ਵੀ ਕਦੇ ਅਸੀਂ ਹਰਾਮ ਦਾ ਪੈਸਾ ਨਹੀਂ ਖਾਧਾ। ਮਿਹਨਤ ਕਰਨ ਵਾਲਾ ਪਰਿਵਾਰ, ਮਿਹਨਤ ਕਰਦੇ ਨੇ ਪਰਿਵਾਰ ਹੈ ਗਏ। ਅਸੀਂ ਰਾਧਾ ਸਵਾਮੀ ਸਤਸੰਗ ਬਿਆਸ ਵੱਲ ਦਾ ਨਾਮਦਾਨ ਲਿਆ ਸਾਡਾ, ਅਤੇ ਸਾਨੂੰ ਤਾਂ ਅਸਾਂ ਦਿਨ ਦਾਰੂ ਪੀਂਦੇ ਸੀ, ਉਹਨਾਂ ਤੋਂ ਜੀ ਡਰਦਾ ਸੀ, ਪਰ ਸਾਡੇ ਲੇਖ ਰੱਬ ਨੇ ਮਾੜੇ ਲੇਖ ਦਿੱਤੇ। ਮਾੜੇ ਨਹੀਂ ਮੇਰੀ ਭੈਣ ਰਣਜੀਤ, ਲੇਖ ਤੇਰੇ ਚੰਗੇ ਆ, ਤੈਨੂੰ ਬਾਬਾ ਜੀ ਨੇ ਆਪਣੇ ਕੋਲੇ ਸੱਦ ਕੇ ਦੁਬਾਰਾ ਫਿਰ ਠੀਕ ਕੀਤਾ। ਇਹ ਮੌਕਾ ਬਾਰ ਬਾਰ ਨਹੀਂ ਮਿਲਦਾ, ਉਹ ਵਾਹਿਗੁਰੂ ਨੇ ਕਿਰਪਾ ਕੀਤੀ ਆ। ਤੁਸੀਂ ਇੱਕ ਵਾਰੀ ਬਿਲਕੁਲ ਖਤਮ ਹੋ ਗਿਆ, ਕਿਸੇ ਬੰਦੇ ਨੂੰ ਬੰਨਣਾ ਪੈਂਦਾ ਹੋਵੇ, ਤੁਸੀਂ ਸੋਚੋ ਕੋਈ ਨਾ, ਉਹ ਵੀ ਠੀਕ ਹੋ ਜਾਊਗਾ ਇੱਕ ਦਿਨ, ਉਹ ਵੀ ਠੀਕ ਹੋਊਗਾ। ਇਹ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਰੱਖ,
ਠੀਕ ਹੈ ਵਾਹਿਗੁਰੂ ਕਿਰਪਾ ਕਰਨਗੇ ਉਹ ਵੀ ਠੀਕ ਹੋਊਗਾ ਜਮ ਸੁਖਮਨੀ ਸਾਹਿਬ ਤੋਂ ਪਾਠ ਵੀ ਲਾਇਆ ਹੋਇਆ ਜੀ ਹਾਂ ਕਰਿਆ ਕਰ ਹਾਂਜੀ ਬਾਪੂ ਜੀ ਹਾਂ ਪਰਚੇ ਕਦੋਂ ਹਾਂਜੀ ਬਾਪੂ ਤੋਂ ਟੋਕਨ ਲੈ ਲਿਆ ਕੱਚਾ ਹਾਂਜੀ ਹਾਂ ਤੁਸੀਂ ਉੱਥੇ ਬੈਠੋ ਹੁਣ ਪੱਕੇ ਟੋਕਨ ਕੱਟਾਂਗੇ ਥੋੜਾ ਟਾਈਮ ਬੈਠ ਜਾਓ ਬੈਠੋ ਭੈਣੇ ਰਣਜੀਤ ਭੈਣੇ ਬੈਠੋ ਉੱਥੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਥੈਂਕ ਯੂ ਜੀ ਨਾ ਕੋਈ ਗੱਲ ਨਹੀਂ ਮੇਰੀ ਭੈਣ ਥੈਂਕ ਯੂ ਕਾਹਦਾ ਸਾਡੀ ਤਾਂ ਡਿਊਟੀ ਆ